ਇਸ ਤੋਪ ਦੀ ਲੰਬਾਈ 5 ਮਿਲੀਮੀਟਰ ਹੈ, ਉਚਾਈ 2.7 ਮਿਲੀਮੀਟਰ ਹੈ ਅਤੇ ਚੌੜਾਈ 3.5 ਮਿਲੀਮੀਟਰ ਹੈ। ਵਜ਼ਨ 140 ਮਿਲੀਗ੍ਰਾਮ ਹੈ। ਤੁਸੀਂ ਇਸ ਵਿੱਚ ਬਰੂਦ ਵੀ ਭਰ ਸਕਦੇ ਹੋ ਅਤੇ ਫਾਇਰ ਵੀ ਕਰ ਸਕਦੇ ਹੋ। ਫੋਟੋ ਭਰੂ ਸਕਦੋ, ਇਹ ਆਪਾਂ ਪੇਟੂ ਸਕਦੋ, ਤਸੀ ਵਸਤੇ ਅਨ ਆਪਾਂ ਇਸ ਫਾਇਰ ਕਰ ਸਕਦੋ। ਮਹਾਰਾਸ਼ਟਰ ਦੇ ਔਰੰਗਾਬਾਦ ਦੇ ਵਸਨੀਕ ਵਿੱਠਲ ਗੋਲੇ ਨੇ ਤਾਂਬੇ ਅਤੇ ਪਿੱਤਲ ਨਾਲ ਬਣੀਆਂ ਨਿੱਕੇ ਆਕਾਰ ਦੀਆਂ ਇਹ ਤੋਪਾਂ ਬਣਾਈਆਂ ਹਨ। ਵਿੱਠਲ ਗੋਲੇ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਦੁਨੀਆ ਦੀ ਸਭ ਤੋਂ ਛੋਟੀ ਤੋਪ ਬਣਾਈ ਹੈ। ਮੈਂ 12ਵੀਂ ਪਾਸ ਹਾਂ। ਮੈਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ 12ਵੀਂ ਤੋਂ ਬਾਅਦ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ। ਫਿਰ ਮੈਂ ਆਪਣੇ ਦੋਸਤ ਕੋਲੋਂ ਇੰਜੀਨੀਅਰਿੰਗ ਦੀਆਂ ਕਿਤਾਬਾਂ ਉਧਾਰੇ ਲਈਆਂ ਅਤੇ ਪੜ੍ਹਨ ਲੱਗਾ। ਇਸ ਤਰ੍ਹਾਂ ਮੈਂ ਇੰਜੀਨੀਅਰਿੰਗ ਅਤੇ ਮਸ਼ੀਨ ਡਿਜ਼ਾਈਨ ਬਾਰੇ ਜਾਣਿਆ ਅਤੇ ਫਿਰ ਮੈਂ ਇੱਕ ਵਰਕਸ਼ਾਪ ਸ਼ੁਰੂ ਕੀਤੀ। ਮੈਂ ਵੱਖ ਵੱਖ ਸਾਈਜ਼ ਦੀਆਂ ਕੁਝ ਤੋਪਾਂ ਬਣਾਈਆਂ। ਸਭ ਤੋਂ ਵੱਡੀ 26 ਕਿਲੋ ਦੀ ਹੈ। ਇਸ ਨੂੰ ਚੁੱਕ ਕੇ ਤੁਰਨਾ ਥੋੜ੍ਹਾ ਔਖਾ ਹੈ। ਇਹ ਮੈਂ ਸਭ ਤੋਂ ਛੋਟੀ ਤੋਪ ਬਣਾਈ ਹੈ। ਵਿੱਠਲ ਗੋਲੇ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਦੁਨੀਆ ਦੀ ਸਭ ਤੋਂ ਛੋਟੀ ਤੋਪ ਬਣਾਈ ਹੈ। ਇਹ ਇੰਡੀਆ ਬੁੱਕ ਆਫ ਰਿਕਾਰਡਸ ਅਤੇ ਏਸ਼ੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੈ। ਛੋਟੀ ਤੋਪ ਬਣਾਉਣਾ ਸ਼ੋਧਣਾ ਪ੍ਰਯਤਨ ਕਰਨਾ। ਮੈਂ ਸਭ ਤੋਂ ਛੋਟੇ ਆਕਾਰ ਦੀ ਤੋਪ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ ਮੈਨੂੰ ਪਤਾ ਲੱਗਿਆ ਕਿ ਭਾਰਤ ਵਿੱਚ ਕਿਸੇ ਨੇ ਜੈਪੁਰ ਵਿੱਚ ਸਭ ਤੋਂ ਛੋਟੀ ਤੋਪ ਕੁਝ ਸਾਲ ਪਹਿਲਾਂ ਬਣਾਈ ਜੋ ਕਿ 11 ਮਿਲੀਮੀਟਰ ਦੀ ਸੀ। ਉਸ ਤੋਂ ਛੋਟੀ 6 ਮਿਲੀਮੀਟਰ ਦੀ ਬਣਾਈ ਗਈ ਸੀ। ਫਿਰ ਮੈਂ ਫੈਸਲਾ ਕੀਤਾ ਕਿ ਇਸ ਤੋਂ ਵੀ ਛੋਟੀ ਤੋਪ ਬਣਾਈ ਜਾਵੇ ਅਤੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ। ਸ਼ੁਰੂ ਕਰ ਲਿਆ ਤਾਂ ਪ੍ਰਵਾਸ ਕੀ ਜਾਂਦੇ ਆਪਾਂ ਨੂੰ ਛੋਟੇ ਤੋਪੇ ਕਰਨ ਦਾ ਪ੍ਰਯਤਨ ਕਰਿਆ। ਹੀ ਛੋਟੀ ਤੋਪ ਬਣਾਉਣ ਆਪਣਾ ਬਰੇਸ਼ੀ, ਪਰ ਇਸ ਦੌਰਾਨ ਕਈ ਚੁਣੌਤੀਆਂ ਵੀ ਆਈਆਂ, ਜਿਵੇਂ ਕਿ ਇਹਨੇ ਛੋਟੇ ਪਾਰਟ ਨੂੰ ਕਿਵੇਂ ਫੜਿਆ ਜਾਵੇ, ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਵੇ। ਮੈਂ ਇਸ ਲਈ ਮਸ਼ੀਨਰੀ ਦੀ ਘੱਟ ਵਰਤੋਂ ਕਰਨਾ ਚਾਹੁੰਦਾ ਸੀ। ਮੈਂ 0.3 ਮਿਲੀਮੀਟਰ ਸਾਈਜ਼ ਦੀ ਡਰਿੱਲ ਦੀ ਵਰਤੋਂ ਕੀਤੀ ਅਤੇ ਲੈਂਸ ਵੀ ਵਰਤਿਆ। ਸਭ ਤੋਂ ਪਹਿਲਾਂ ਇਹ 140 ਮਿਲੀਗ੍ਰਾਮ ਦੀ ਤਿਆਰ ਹੋਈ। ਤੋਪਾ ਤੋਂ ਇਲਾਵਾ ਵਿੱਠਲ ਨੇ ਕੁਝ ਹਥਿਆਰ ਵੀ ਬਣਾਏ ਹਨ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਹੈ। ਮੈਂ ਸ਼ਿਵਾਜੀ ਦੀ ਵਾਗ ਨੱਕ ਵੀ ਤਿਆਰ ਕੀਤੀ। ਇਹ ਖੱਬੇ ਹੱਥ ਦੇ ਲਈ ਹੈ। ਜਦੋਂ ਤੁਸੀਂ ਇਹਨੂੰ ਆਪਣੇ ਹੱਥ ਵਿੱਚ ਪਾਉਂਦੇ ਹੋ ਤਾਂ ਉਂਗਲਾਂ ਵਿੱਚ ਇਹ ਮੁੰਦੀਆਂ ਦੀ ਤਰ੍ਹਾਂ ਦਿਖਦਾ ਹੈ, ਪਰ ਅਸਲ ਵਿੱਚ ਇਸ ਦੇ ਪੰਜੇ ਅੰਦਰ ਵਾਲੇ ਪਾਸੇ ਹੁੰਦੇ ਨੇ। ਇਹ ਕਟਿਆਰ ਹੈ ਜੋ ਸ਼ਿਵਾਜੀ ਦੀਆਂ ਕਲਾਕ੍ਰਿਤੀਆਂ ਵਿੱਚ ਦੇਖੀਆਂ ਜਾ ਸਕਦੀਆਂ ਨੇ। ਮੈਂ ਮਸ਼ਹੂਰ ਜਗਦੰਬਾ ਤਲਵਾਰ ਵੀ ਬਣਾਉਣਾ ਚਾਹੁੰਦਾ ਹਾਂ। ਇਹ ਉਸਦੀ ਗ੍ਰਿਪ ਹੈ ਅਤੇ ਇਹ ਧਾਰ। ਮੈਂ ਇਸ ਨੂੰ ਦਮਾਸਕਸ ਸਟੀਲ ਤੋਂ ਬਣਾਇਆ। ਵਿੱਠਲ ਮੋਲੇ ਹੁਣ ਪੁਰਾਤਨ ਲਿਪੀਆਂ ਸਿੱਖ ਰਹੇ ਹਨ। ਵਿੱਠਲ ਨਵੀਂ ਪੀੜ੍ਹੀ ਨੂੰ ਇਹਨਾਂ ਇਤਿਹਾਸਿਕ ਹਥਿਆਰਾਂ ਨਾਲ ਜਾਣੂ ਕਰਵਾਉਣਾ ਚਾਹੁੰਦੇ ਹਨ। ਮੈਂ ਮੋਢੀ ਅਤੇ ਬ੍ਰਾਹਮੀ ਲਿਪੀ ਸਿੱਖੀ। ਹੁਣ ਤੱਕ ਮੈਂ ਮੋਢੀ ਲਿਪੀ 150 ਲੋਕਾਂ ਨੂੰ ਸਿਖਾ ਚੁੱਕਿਆ ਹਾਂ। ਮੈਂ ਬ੍ਰਾਹਮੀ ਲਿਪੀ ਵੀ ਸਿਖਾਉਂਦਾ। ਮੈਂ ਹੁਣ ਫਾਰਸੀ ਅਤੇ ਉਰਦੂ ਸਿੱਖ ਰਿਹਾ ਹਾਂ। ਇਹ ਲਿਪੀਆਂ ਸਿੱਖਣ ਤੋਂ ਬਾਅਦ ਮੈਂ ਇਤਿਹਾਸਿਕ ਦਸਤਾਵੇਜ਼ ਪੜ੍ਹ ਸਕਦਾ ਹਾਂ ਅਤੇ ਸਮਝ ਸਕਦਾ ਹਾਂ। ਇਤਿਹਾਸ ਨਾਲ ਜੁੜੀ ਹਰ ਛੋਟੀ ਜਾਣਕਾਰੀ ਅਹਿਮ ਹੈ। ਸਾਨੂੰ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
ਮੈਂ ਇਸ ਤਰ੍ਹਾਂ ਦੀ ਅਵਸਥਾ ਬਣਾਉਣ ਦੇ ਲਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਹਾਂ।